professor Abdul Vahidureshi, Haripur ka jada pichhana ka professor Kualmi ka pesha government post degree college Hindko physics se ustad galba question apni tarjeeh de wala professor Vahidureshi sankar tesin jawed sahab wale ko jo se yaad jo puri apna galba de chal tesin jawed sahab ਇਹ ਨਾਮ ਤੁਸੀਂ ਗੱਲ ਕੀ ਕਹਿਤਾ ਪੇ ਤੇ ਜੀਓ ਟੀਵੀ ਦੇ ਦਿੱਤੇ ਸੋ ਅੱਜ ਤੁਹਾਨੂੰ ਸਾਹਮਣੇ ਦੇਖ ਕੇ ਕੈਸੀ ਜਾਵੇ ਬਿਸਮਿਲਲਾਹ ਰਹਿਮਾਨ ਰਹੀਮ ਅੱਲਾਹੁ ਸੱਲ ਅਲਾ ਮੁਹੰਮਦ ਵਾ ਅਲੀ ਮੁਹੰਮਦ ਵਾ ਅਲੀ ਸੱਲ ਸੱਲ ਵਾ ਤੁਸਾਂ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆ ਔਰ ਖਾਸ ਕਰ ਅਤੀਕ ਜਮ ਸਲੀਕੀ ਸਾਹਿਬ ਮੇਰੇ ਉਸਤਾਦ ਮੋਹਤਰਮ ਨੂੰ ਇਤਨੇ ਵੱਡੇ ਵੱਡੇ ਲੋਕਾਂ ਵਿੱਚ ਮੈਂ ਕੀ ਗੱਲ ਕਰਾਂ ਲੇਕਿਨ 25 ਸਾਲ ਦਾ ਇੱਕ ਤਵੀਲ ਸਫ਼ਰ ਗੁਜ਼ਰਿਆ ਅੱਜ ਇਹ ਮੈਂ ਸਮਝਣਾ ਮੈਂ ਤੇ ਸਮਝਣਾ ਇਹ ਰਹਿ ਕਿ ਇਹ ਕੋਈ ਜੀ ਨਹੀਂ ਆਈ ਤੇ ਮੈਂ ਪਤਾ ਲੱਗ ਗਿਆ ਯਾਰ ਇਹ ਦੂਰੀ ਦੇ ਬੜੇ ਪਿਓ ਬੜੇ ਬੜੇ ਲੋਕ ਔਰ ਮੈਂ 1988 ਵਿੱਚ ਸਟੇਟ ਡਰਾਮੇ ਦੇ ਜ਼ਰੀਏ ਆਪਣੀ ਇਹ ਜ਼ੁਬਾਨ ਨੂੰ ਪੂਰੀ ਦੁਨੀਆ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਔਰ 2004 ਵਿੱਚ ਆ ਕੇ ਅਸਾਂ ਇਨਕੋ ਦੀ ਤਾਰੀਖ ਦੀ ਪਹਿਲੀ ਫਿਲਮ ਬਣਾਈ ਹੈ ਲੇਕਿਨ ਮੈਂ ਤੁਹਾਨੂੰ ਦੱਸਾਂ ਫਿਲਮ ਬਣਾਈ ਕਿਉਂ ਮੇਰੇ ਨਾਲ ਦਾਊਦ ਸਾਹਿਬ ਆ ਜ਼ਿਆਉਦੀਨ ਸਾਹਿਬ ਆ ਇਹਨਾਂ ਸਾਰਿਆਂ ਦਾ ਬਹੁਤ ਸ਼ੁਕਰੀਆ ਅਦਾ ਕਰਨਾ ਕਿ ਮੈਂ ਤੇ ਸਮਝ ਲਿਆ ਆਨੇ ਰਿਸ਼ਾ ਬਿਆਨਕਾ ਵਿੱਚ ਨਾ ਮੇਰੇ ਪਿਆ ਪਰ ਬਹੁਤ ਦਿਲ ਖੁਸ਼ ਹੋਇਆ ਮਨਸੇ ਵਿੱਚ ਸਾਡੇ ਦੋਸਤ ਨੂੰ ਉਹਨਾਂ ਦੇ ਘਰ ਅਸੀਂ ਗਏ ਨੇ ਕਿਉਂਕਿ ਸਾਡਾ ਕਲਚਰ ਨਾਲ ਧਰ ਕੇ ਫਨਕਾਰ ਸੀ ਤੇ ਉੱਥੇ ਅਸੀਂ ਗਏ ਨੇ ਉੱਥੇ ਬੈਠੇ ਨੇ ਤੇ ਬਾਹਰ ਕਿਸੇ ਬੈਲ ਬਜਾਈਏ ਤੇ ਉਹ ਜਦ ਕੇ ਉਸ ਆਖਿਆ ਜੋ ਬਾਹਰ ਦੇਖ ਕੋਣ ਆਇਆ ਤੇ ਉਹ ਗਿਆ ਬਾਹਰ ਤੇ ਮੁੜ ਕੇ ਆਇਆ ਫਿਰ ਪਾਪਾ ਉਹ ਸਮੀਨਾ ਆਂਟੀ ਕੇ ਪਤੀ ਆਏ ਹੈ ਮਨਸ਼ੇਰੇ ਬਿਲ ਪੇ ਆਤੇ ਹੈ ਸਮੀਨਾ ਆਂਟੀ ਕੇ ਪਤੀ ਆਏ ਹੈ ਕਿਤਨੇ ਅਫਸੋਸ ਦੀ ਗੱਲ ਹੈ ਕਿਤਨੀ ਸ਼ਰਮਿੰਦਗੀ ਦੀ ਗੱਲ ਹੈ ਔਰ ਮੈਂ ਸਮਝਣਾ ਇਹ ਅਸਾਂ ਵਾਸਤੇ ਬੜੀ ਮੈਂ ਸਮਝਣਾ ਬਹੁਤ ਸ਼ਰਮਿੰਦਗੀ ਦੀ ਗੱਲ ਹੈ ਕਿ ਅਸੀਂ ਫਨਕਾਰ ਹਾਂ ਇਹ ਲਿਖਾਰੀ ਅਸੀਂ ਕਿੱਥੇ ਕੰਮ ਕਰਦੇ ਹਾਂ ਟੱਡੇ ਖੂਹ ਵਿੱਚ ਅਸੀਂ ਉਹ ਮਹਿੰਗਾ ਨੰਕੂ ਮੇਰੀ ਅੱਜ ਕਹਿੰਦੇ ਡਰਾ 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 ਬਸ ਉੱਥੇ ਹੀ ਖਤਮ ਅਸਾਂ ਫਿਰ ਬੜਾ ਦੁੱਖ ਹੋਇਆ ਮੇਰੇ ਤੇ ਅਮਜਦ ਖਾਨ ਮੇਰੇ ਨਾਲ ਦੇ ਅਸਾਂ ਇਹ ਗੱਲ ਸਕੀ ਆ ਕਰਾਂ ਅਸਾਂ ਨਹੀਂ ਪਤਾ ਹੈ ਉਸ ਤੇ ਗੁਦਾਰਾ ਬੋਲ ਰਹੇ ਹੈ ਜ਼ਿਆਉਦੀਨ ਸਾਹਿਬ ਇਤਨੇ ਅਸੇ ਤੋਂ ਪੇ ਕੰਮ ਪੇ ਕਰਦੇ ਅਸੀਂ ਵੀ 1988 ਤੋਂ ਪੇ ਕਰਦੇ ਹਾਂ ਕੰਮ ਪਰ ਦੀ ਰਾਤਾ ਨਹੀਂ ਨਾ ਅਸਾਂ ਫਿਰ ਇਨਕੋ ਦੀ ਫਿਲਮ ਬਣਾਈਏ ਪਹਿਲੀ ਇਨਕੋ ਦੀ ਤਾਰੀਖ ਦੀ ਪਹਿਲੀ ਫਿਲਮ ਰਾਤ ਜੰਗਲੇ ਤੇ ਦੁਨੀਆ ਅਸਾਂ ਦੱਸਿਆ ਇਹਦਾ ਕਿ ਇਹ ਸਾਡੀ ਇਨਕੋ ਜ਼ੁਬਾਨ ਹੈ ਔਰ ਅਸਾਂ ਵਾਸਤੇ ਬੜੇ ਇਜ਼ਾਜ਼ ਦੀ ਗੱਲ ਹੈ ਕਿ ਡੀਐਮ ਡਿਜੀਟਲ ਇੰਗਲੈਂਡ ਦੇ ਚੈਨਲ ਉੱਤੇ ਚੱਲੀਏ ਪਰ ਉਹਨਾਂ ਲੋਕਾਂ ਨੂੰ ਕੁਝ ਬਾਈ ਇਹ ਥੋੜੀ ਜਿਹੀ ਰਿਪੋਰਟ ਹੈ ਮੈਂ ਜ਼ਿਆਦਾ ਤੁਹਾਡਾ ਵਕਤ ਨਾ ਲੈਂਦਾ ਕਿਉਂਕਿ ਪਿਆਸੀ 25 ਸਾਲ ਦੀ ਸ਼ੁਕਰ ਹੈ ਭਲਾ ਹੋਵੇ ਤੁਸਾਂ ਮਾਂ ਇੱਥੇ ਜਾਤ ਦਿੱਤੀ ਹੈ ਨਹੀਂ ਤੇ ਅਸੀਂ ਵੀ ਭਟਕਦੇ ਹੀ ਰਹਾਂ ਸਾਰੀ ਜ਼ਿੰਦਗੀ ਉਹਨਾਂ ਦੇ ਸ਼ਹਿਰ ਵਿੱਚ ਕਹਿੰਦੇ ਬੇਚਦੇ ਰਹਾਂ ਲੇਕਿਨ ਮੈਂ ਸਮਝਦਾ ਅੱਜ ਮੈਂ ਇੱਕ ਸਟੇਜ ਮਿਲ ਗਿਆ ਰਾਸ਼ਦ ਕੁਰੇਸ਼ੀ ਸਾਹਿਬ ਮੈਂ ਸਮਝਦਾ ਕਿ 25 ਸਾਲ ਦਾ ਮਾਂ ਜਿਹੜਾ ਮੇਰੀ ਧੋੜੀ ਉਸ ਤੋਂ ਮਾਂ ਅੱਜ ਮੈਂ ਜਾਤ ਆ ਗਈ ਔਰ ਮੈਂ ਇਨਸ਼ਾਅੱਲਾ ਹੈ ਨਾ ਜ਼ਿਆਉਦੀਨ ਸਾਹਿਬ ਪਸ਼ੋਰ ਵਿੱਚ ਹੋਣ ਲਾਹੌਰ ਵਿੱਚ ਹੋਣ ਇੰਡੀਆ ਵਿੱਚ ਹੋਣ ਮੈਂ ਇਹਨਾਂ ਆਉਣਾ ਛੋੜਦਾ ਕਿਉਂ ਅਸਾਂ ਇਸ ਕਲਚਰ ਆਪਣੇ ਜੇਬ ਵਿੱਚੋਂ ਖੁਦਾ ਕੀ ਕਸਮ 10-10 ਹਜ਼ਾਰ ਰੁਪਏ ਪਾ ਕੇ ਤੇ ਇਹ 1,20,000 ਰੁਪਏ ਦੀ ਇਹ ਰਾਤ ਚੰਦਰੇ ਦੀ ਫਿਲਮ ਬਣਾਈ ਤੁਸੀਂ ਜਰਾ ਰਿਪੋਰਟ ਦੇਖੋ ਅਸਾਂ ਕੀ ਕੀਤਾ ਜਰਾ ਪਲੀਜ਼ ਜ਼ਿਆਉਦੀਨ ਸਾਹਿਬ ਦਰਸ਼ੀ ਕਾਉ ਔਰ ਇਹ ਵੀ ਸਾਡੀ ਤਰ੍ਹਾਂ ਕਰਨਾ ਸੇ ਇਸ ਦੇ ਬਾਰੇ ਨਾਲ ਕੁਝ ਕਰਦਾ ਦੋਰਾ ਨਵੇਂ ਕਿਕਮ ਉਹ ਇਸ ਦੇ ਜਗੇ ਪੇਸ਼ ਕਰ ਸਕਦੇ ਜ਼ਿਆਉਦੀਨ ਸਾਹਿਬ ਸਭ ਰਾਤ
شکریہ ادا کر رہا ہوں، لیکن خصوصی طور پہ دو افراد کا میں نام لے کے شکریہ صاحب ادا کر سا کہ دو افراد اتنے ہوں گے کہ گندھارا ان کو بورڈ پشور 200 کلومیٹر چل کے چوتھی آدمی ان کو کانفرنس کامیابی کا منعقد نہیں کر سکتا ہے. پہلا نام محترم راشد قریشی صاحب کا ہے. دوسرا نام پروفیسر ناصر بہو صاحب کا ہے. گندھارا کو بورڈ بیٹھک سے نکل کے ساڑھے چار کنال کی
یورپ کی گاؤں میں سستی اللہ تعالیٰ نے سب مدد کر کے تھوڑا
ਹਰੀਪੁਰ ਦੇ ਲੋਕਾਂ ਦੀ ਮੁਹੱਬਤ ਹੁਣ ਕਦੀ ਨਾ ਕੋਈ ਯਾਦ ਦੱਸਿਆ ਹਮੇਸ਼ਾ।